ਮੈਨੂੰ ਲੱਗਦਾ ਕਿ ਮੈਸੇਜ ਵਾਲੀਆਂ ਫਿਲਮਾਂ ਜ਼ਿਆਦਾ ਇੰਪੈਕਟ ਪਾਉਂਦੀਆਂ ਔਰ ਸਾਡੇ ਡਾਇਰੈਕਟਰ ਸਾਹਿਬ ਦੀ ਇਹ ਕੋਸ਼ਿਸ਼ ਸੀਗੀ ਕਿ ਅਸੀਂ ਸੋਸਾਇਟੀ ਨੂੰ ਹੁਣ ਮੈਸੇਜ ਦਈਏ ਕੋਈ ਨਾ ਕੋਈ, ਕਿਉਂਕਿ ਜਿੰਨਾ ਬੁਰਾ ਹਾਲ ਹੋ ਰਿਹਾ ਇਸ ਟਾਈਮ ਸਾਰੇ ਪਾਸੇ, ਤੁਸੀਂ ਦੇਖੋ ਡਰੱਗਸ ਬਹੁਤ ਆ ਔਰ ਕਰਪਸ਼ਨ ਬਹੁਤ ਆ। ਪਹਿਲਾਂ ਵੀ ਇਸ ਟੋਪਿਕ ਦੀ ਫਿਲਮਾਂ ਬਣ ਚੁੱਕੀਆਂ, ਭਾਵੇਂ ਉੜਤਾ ਪੰਜਾਬ ਹੈ ਜਾਂ ਕੋਈ ਵੀ ਫਿਲਮ ਹੈ, ਤੁਹਾਨੂੰ ਲੱਗਦਾ ਇਹ ਫਿਲਮ ਇੰਪੈਕਟ ਪਾਏਗੀ ਸੋਸਾਇਟੀ ਦੇ ਯੂਥ ਦੇ ਉੱਪਰ? ਕਿਉਂਕਿ ਇਹਦੇ ਵਿੱਚ ਇਹ ਦਿਖਾਇਆ ਗਿਆ ਕਿ ਜੋ ਇਹ ਚੀਜ਼ ਕਰਦਾ ਵਾ ਉਹਦਾ ਬੁਰਾ ਹੀ ਹਾਲ ਹੁੰਦਾ ਵਾ, ਤੇ ਮੈਨੂੰ ਲੱਗਦਾ ਕਿ ਇਹ ਜ਼ਿਆਦਾ ਇੰਪੈਕਟ ਪਾਊਗੀ, ਇਹਦੇ ਵਿੱਚ ਸਾਡੇ ਪੰਜਾਬ ਦਾ ਨਾਮ ਵੀ ਖਰਾਬ ਹੋਊਗਾ। Sky News ਪੰਜਾਬ ਨੇ ਐਕਟਰ ਸਾਨਵੀ ਧੀਮਾਨ ਜੁੜ ਚੁੱਕੇ ਨੇ ਜੋ ਇਸ ਤੋਂ ਪਹਿਲਾਂ ਰੁਪਿੰਦਰ ਗਾਂਧੀ 2 ਮਿਰਸਾ ਵਰਗੀ ਫਿਲਮਾਂ 'ਚ ਕੰਮ ਕਰ ਚੁੱਕੇ ਨੇ, ਤੇ ਨਿਸ਼ਾਨਾ ਬਾਰੇ ਪੁੱਛਦੇ ਹਾਂ। ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਮੈਮ, ਥੈਂਕ ਯੂ। ਇਸ ਤੋਂ ਪਹਿਲਾਂ ਜਿਹੜੀ ਫਿਲਮਾਂ 'ਚ ਕੰਮ ਕੀਤਾ ਰੁਪਿੰਦਰ ਗਾਂਧੀ 2 ਮਿਰਸਾ, ਉਹ ਵੀ ਇੱਕ ਡਿਫਰੈਂਟ ਥੀਮ 'ਤੇ ਹੈਗੇ ਸੀ ਜਿੱਦਾਂ ਰੁਪਿੰਦਰ ਗਾਂਧੀ 2, ਇਹ ਵੀ ਨਸ਼ਿਆਂ 'ਤੇ ਬੇਸਡ ਹੈ, ਇਹ ਜੀ ਫਿਲਮ ਬਹੁਤ ਇੰਪੈਕਟ ਪਾਉਂਦੇ ਨੇ ਸੋਸਾਇਟੀ 'ਤੇ? ਹਾਂਜੀ ਹਾਂਜੀ ਬਿਲਕੁਲ, ਮੈਨੂੰ ਲੱਗਦਾ ਕਿ ਮੈਸੇਜ ਵਾਲੀਆਂ ਫਿਲਮਾਂ ਜ਼ਿਆਦਾ ਇੰਪੈਕਟ ਪਾਉਂਦੀਆਂ ਔਰ ਸਾਡੇ ਡਾਇਰੈਕਟਰ ਸਾਹਿਬ ਦੀ ਇਹ ਕੋਸ਼ਿਸ਼ ਸੀਗੀ ਕਿ ਅਸੀਂ ਸੋਸਾਇਟੀ ਨੂੰ ਹੁਣ ਮੈਸੇਜ ਦਈਏ ਕੋਈ ਨਾ ਕੋਈ, ਕਿਉਂਕਿ ਜਿੰਨਾ ਬੁਰਾ ਹਾਲ ਹੋ ਰਿਹਾ ਇਸ ਟਾਈਮ ਸਾਰੇ ਪਾਸੇ, ਤੁਸੀਂ ਦੇਖੋ ਡਰੱਗਸ ਬਹੁਤ ਆ ਔਰ ਕਰਪਸ਼ਨ ਬਹੁਤ ਆ, ਮੋਸਟਲੀ ਪ੍ਰੋਬਲਮ ਹੀ ਪ੍ਰੋਬਲਮ ਆ ਸਾਰੇ ਪਾਸੇ। ਐ ਨਹੀਂ ਆ ਕਿ ਬਹੁਤ ਜ਼ਿਆਦਾ ਹੈ, ਬਟ ਮੈਨੂੰ ਲੱਗਦਾ ਜੋ ਚੀਜ਼ਾਂ ਹੋਣੀਆਂ ਚਾਹੀਦੀਆਂ ਠੀਕ ਉਹ ਹੋ ਜਾਣ 'ਤੇ ਬਹੁਤ ਵਧੀਆ ਵਾ। ਪਹਿਲਾਂ ਵੀ ਇਸ ਟੋਪਿਕ ਦੀ ਫਿਲਮਾਂ ਬਣ ਚੁੱਕੀਆਂ, ਭਾਵੇਂ ਉੜਤਾ ਪੰਜਾਬ ਹੈ ਜਾਂ ਕੋਈ ਵੀ ਫਿਲਮ ਹੈ, ਤੁਹਾਨੂੰ ਲੱਗਦਾ ਇਹ ਫਿਲਮ ਇੰਪੈਕਟ ਪਾਏਗੀ ਸੋਸਾਇਟੀ ਦੇ ਯੂਥ ਦੇ ਉੱਪਰ? ਕਿਉਂਕਿ ਇਹਦੇ ਵਿੱਚ ਇਹ ਦਿਖਾਇਆ ਗਿਆ ਕਿ ਜੋ ਇਹ ਚੀਜ਼ ਕਰਦਾ ਵਾ ਉਹਦਾ ਬੁਰਾ ਹੀ ਹਾਲ ਹੁੰਦਾ ਵਾ, ਤੇ ਮੈਨੂੰ ਲੱਗਦਾ ਕਿ ਇਹ ਜ਼ਿਆਦਾ ਇੰਪੈਕਟ ਪਾਊਗੀ, ਇਹਦੇ ਵਿੱਚ ਸਾਡੇ ਪੰਜਾਬ ਦਾ ਨਾਮ ਵੀ ਖਰਾਬ ਹੋਊਗਾ। ਜੋ ਪ੍ਰੋਬਲਮ ਆ ਉਹੀ ਕ੍ਰੀਏਟ, ਜੋ ਪ੍ਰੋਬਲਮ ਕ੍ਰੀਏਟ ਹੋਈ ਆ ਉਹਨੂੰ ਠੱਲ ਪਾਉਣ ਵਾਸਤੇ ਦਿਖਾਈ ਗਈ ਆ। ਤੁਹਾਡੇ ਲਈ ਕੀ ਚੈਲੰਜ ਰਿਹਾ ਇਸ ਫਿਲਮ ਦੌਰਾਨ ਜੇ ਆਪਾਂ ਗੱਲ ਕਰੀਏ ਤਾਂ? ਚੈਲੇਂਜ ਆਰਟਿਸਟ ਵਾਸਤੇ ਹਮੇਸ਼ਾ ਹੀ ਜਦੋਂ ਕੋਈ ਇੱਦਾਂ ਦਾ ਕਰੈਕਟਰ ਕਰਨਾ ਹੋਵੇ ਜਿਹੜਾ ਬੜਾ ਇਮੋਸ਼ਨਲ ਆ, ਮਾਡਰਨ ਵੀ ਆ, ਉਹ ਕਰਨਾ ਹਮੇਸ਼ਾ ਚੈਲੇਂਜਿੰਗ ਹੁੰਦਾ ਵਾ ਮੈਨੂੰ ਲੱਗਦਾ। ਔਰ ਇਹ ਫਿਲਮ ਕੁਛ ਕੁਛ ਮੇਰੀ ਪਰਸਨਲ ਲਾਈਫ ਨਾਲ ਵੀ ਉਹ ਕਰਦੀ ਆ, ਮੈਚ ਕਰਦੀ ਆ, ਅਤੇ ਮੈਂ ਇਮੋਸ਼ਨਲ ਹੋ ਗਈ ਸੀ ਕੁਛ ਸੀਨਸ ਦੇਖ ਕੇ। ਬਟ ਹਾਂ ਠੀਕ ਆ, ਹਮੇਸ਼ਾ ਹੀ ਚੈਲੇਂਜ, ਮੈਨੂੰ ਲੱਗਦਾ ਹਮੇਸ਼ਾ ਚੈਲੇਂਜਿੰਗ ਕੁਛ ਨਾ ਕੁਛ ਹੋਣਾ ਚਾਹੀਦਾ, ਨਹੀਂ ਤਾਂ ਤੁਸੀਂ ਨਾ ਬਿਲਕੁਲ ਨੋਰਮਲ ਹੋ ਜਾਂਦੇ ਹੋ ਆਪਣੀ ਲਾਈਫ ਦੇ ਵਿੱਚ, ਹੈ ਨਾ। ਕਿਹੜੀ ਮੈਮਰੀ ਰਿਕਾਲ ਹੋਈ ਇਸ ਫਿਲਮ ਦੇ ਜ਼ਰੀਏ ਜੇ ਆਪਾਂ ਗੱਲ ਕਰੀਏ ਤਾਂ? ਮੈਮਰੀ ਸਾਰੀਆਂ ਰਿਕਾਲ ਹੋਈਆਂ, ਯੂ ਨੋ ਅਸੀਂ ਜਿਹੜਾ ਗਾਣਾ ਕੀਤਾ ਸੀ ਜੈਸਲਮੇਰ ਸ਼ੂਟ, ਉਸ ਤੋਂ ਪਹਿਲਾਂ ਮੈਨੂੰ ਇੰਜਰੀ ਹੋ ਗਈ ਸੀਗੀ, ਮੈਨੂੰ ਯਾਦ ਆ ਗਿਆ, ਫਿਰ ਸ਼ਾਰਟਸ ਯਾਦ ਆ ਗਏ, ਮੈਂ ਟੈਨ ਵੀ ਹੋ ਗਈ ਸੀ ਬਹੁਤ ਸੀ, ਫਸਟ ਸ਼ਾਰਟਸ ਦੇਖਣ ਮੈਂ ਬੜੀ ਟੈਨ ਹੋ ਕੇ ਆਈ ਹੋਈ ਹਾਂ, ਮੈਂ ਜੈਸਲਮੇਰ ਤੋਂ ਗਾਣਾ ਸ਼ੂਟ ਕਰਕੇ ਆਈ ਹੋਈ ਸੀਗੀ, ਅਤੇ ਸਾਰੀਆਂ ਮੈਮਰੀਜ਼ ਯਾਦ ਆ ਗਈਆਂ, ਕਿੱਦਾਂ ਅਸੀਂ ਸ਼ੂਟ ਕਰਦੇ ਸੀਗੇ, ਕਿੱਦਾਂ ਡਾਇਰੈਕਟਰ ਸਾਹਿਬ ਸਮਝਾਉਂਦੇ ਸੀਗੇ, ਕਿੱਦਾਂ ਇਮੋਸ਼ਨਲ ਹੋ ਗਈ ਸੀ ਮੈਂ ਸੀਨ ਦੇ ਵਿੱਚ ਹੀ, ਜਿਹੜਾ ਫਾਦਰ ਨਾਲ ਸੀਨ ਕੀਤਾ ਸੀ ਉਹ 'ਚ ਮੈਂ ਸੱਚੀ ਇਮੋਸ਼ਨਲ ਹੋ ਗਈ ਸੀਗੀ। ਬੈਸਟ ਮੂਮੈਂਟ ਕਿਹੜਾ ਫਿਲਮ ਦਾ ਜੇ ਆਪਾਂ ਗੱਲ ਕਰੀਏ ਤੁਹਾਡੇ ਫਰੋਮ ਸਟਾਰਟਿੰਗ ਟੂ ਐਂਡ ਤੱਕ? ਇਹ ਮੈਨੂੰ ਤੁਸੀਂ ਦੱਸੋ। ਹਾਂ ਮੈਨੂੰ ਕੁੜੀਆਂ ਦਾ ਸਾਰਾ ਕੁਛ ਹੀ ਵਧੀਆ ਲੱਗਦਾ ਹੁੰਦਾ, ਇਹ ਤੁਸੀਂ ਦੱਸੋ ਆਡੀਅੰਸ ਦੇ ਤਰੀਕੇ ਨਾਲ, ਤੁਸੀਂ ਦੱਸੋ ਕਿ ਕਿਹੜਾ ਵਧੀਆ ਮੂਮੈਂਟ ਆ? ਆਪਾਂ ਕਿਤੇ ਵੀ ਉਹ ਨਹੀਂ ਕਰ ਸਕਦੇ, ਫਰੋਮ ਸਟਾਰਟਿੰਗ ਟੂ ਐਂਡ ਤੱਕ ਬੈਸਟ ਲੱਗਿਆ, ਮੈਂ ਤੁਹਾਨੂੰ ਪੁੱਛਿਆ ਤੁਹਾਨੂੰ ਕਿਹੜਾ ਲੱਗਿਆ? ਮੈਨੂੰ ਸਾਰੀ ਫਿਲਮ ਹੀ ਬੈਸਟ ਲੱਗੀ ਹੈ ਜੀ, ਜਿਵੇਂ ਡਾਇਰੈਕਟਰ ਸਾਹਿਬ ਨੇ ਮਿਹਨਤ ਕੀਤੀ ਆ ਔਰ ਸਾਰੇ ਆਰਟਿਸਟ ਨੇ ਮਿਹਨਤ ਕੀਤੀ ਆ, ਕਿਸੇ ਦਾ ਵੀ ਇੱਦਾਂ ਨਹੀਂ ਲੱਗਿਆ ਕਿ ਕੋਈ ਬਹੁਤ ਜ਼ਿਆਦਾ ਕਰ ਰਿਹਾ ਬਹੁਤ ਘੱਟ ਕਰ ਰਿਹਾ, ਸਭ ਵਧੀਆ ਹੀ ਕੰਮ ਕਰ ਰਹੇ ਸੀਗੇ। ਅੱਛਾ 25 ਨਵੰਬਰ ਨੂੰ ਭੇੜੀਆ ਵੀ ਰਿਲੀਜ਼ ਹੋ ਰਹੀ ਵਰੁਣ ਧਵਨ ਦੀ, ਨਿਸ਼ਾਨਾ ਭੇੜੀ ਤਾਂ ਲੱਗੇਗਾ, ਭੇੜੀਆ ਨਿਸ਼ਾਨਾ ਲਏਗਾ, ਕਿੱਦਾਂ ਲੱਗੇਗਾ ਭੇੜੀਆ ਵਰਸਿਸ ਨਿਸ਼ਾਨਾ? ਨਹੀਂ ਦੇਖੋ, ਜਿਹੜੀ ਪੰਜਾਬ ਦੀ ਆਡੀਅੰਸ ਹੈ ਤੁਸੀਂ ਮੈਸੇਜ ਪਹੁੰਚਾਉਣਾ ਉਹਨਾਂ ਤੱਕ, ਕਿਉਂਕਿ ਮੈਨੂੰ ਲੱਗਦਾ ਪੰਜਾਬੀ ਆਡੀਅੰਸ ਪੰਜਾਬੀ ਫਿਲਮਾਂ ਦੀ ਜ਼ਿਆਦਾ ਕੀਨ ਆ, ਉਹਨਾਂ ਨੂੰ ਪੰਜਾਬੀ ਫਿਲਮਾਂ ਜ਼ਿਆਦਾ ਦੇਖ ਕੇ ਮਜ਼ਾ ਆਉਂਦਾ। ਔਰ ਜਿਸ ਹਿਸਾਬ ਨਾਲ ਇੱਥੇ ਤੁਸੀਂ ਦੇਖੋ ਸਾਰੇ ਸਟਾਰ ਆ ਔਰ ਵਿਕਰਮਜੀਤ ਵਿਰਕ ਜੀ ਆ ਔਰ ਬਿੱਲਾ ਜੀ ਆ, ਤਨਰੋਜ਼ ਆ, ਤਨਰੋਜ਼ ਦੀ ਡੈਬਿਊ ਫਿਲਮ ਆ, ਔਰ ਸਾਰੇ ਗੁੱਗੂ ਗਿੱਲ ਜੀ ਆ, ਸਾਰੇ ਵਧੀਆ ਵਧੀਆ ਸਟਾਰ ਨੇ ਔਰ ਲੋਕ ਮੈਨੂੰ ਲੱਗਦਾ ਇਹਨਾਂ ਨੂੰ ਦੇਖਣ ਜ਼ਿਆਦਾ ਆਉਣਗੇ। ਹੁਣ ਕਿੱਦਾਂ ਦੇ ਫਿਊਚਰ ਪਲੈਨਸ ਨੇ, ਕਿੱਦਾਂ ਦੀ ਫਿਲਮਾਂ ਲੈ ਕੇ ਆ ਰਹੇ ਆਪਣੇ ਚੋਣ ਵਾਲੇ ਲਈ? ਮੈਂ ਥੋੜ੍ਹਾ ਵਰਸਟਾਈਲ ਬਣਨਾ ਚਾਹੁੰਦੀ ਹਾਂ, ਮੈਨੂੰ ਲੱਗਦਾ ਮੈਂ ਹੁਣ ਸ਼ਾਇਦ ਐਕਸ਼ਨ ਫਿਲਮ ਕਰੂੰਗੀ ਪ੍ਰੋਪਰ, ਕਿਉਂਕਿ ਇਸ 'ਚ ਅਸੀਂ ਟ੍ਰੀਟਮੈਂਟ ਦਿੱਤਾ ਸੀ ਛੋਟਾ ਜਿਹਾ ਐਕਸ਼ਨ ਕਰਕੇ ਕਿ ਲੋਕਾਂ ਦੀ ਐਕਸੈਪਟੈਂਸ ਹੁੰਦੀ ਆ ਹੀਰੋਇਨ ਦਾ ਐਕਸ਼ਨ ਦੇਖ ਕੇ ਕਿ ਨਹੀਂ, ਉਹ ਹੁਣ ਤੁਸੀਂ ਦੱਸੋਗੇ ਸਾਰੇ ਜਣੇ ਜਾਂ ਲੋਕ ਦੱਸਣਗੇ ਕਿ ਉਹਨਾਂ ਨੂੰ ਐਕਸੈਪਟ ਕੀਤਾ ਉਹਨਾਂ ਨੇ ਕੁੜੀ ਦਾ ਐਕਸ਼ਨ, ਤਾਂ ਫਿਰ ਮੈਂ ਪ੍ਰੋਪਰ ਐਕਸ਼ਨ 'ਚ। ਚਲੋ ਜੋ ਵੀ ਕਰੋ ਫਿਊਚਰ ਲਈ ਤੁਹਾਨੂੰ ਆਲ ਦਾ ਬੈਸਟ। ਹਾਂ ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਤਾਂ ਤੁਸੀਂ ਦੇਖਿਆ ਐਕਟਰ ਸੀ ਸਾਨਵੀ ਦੀਵਾਨ, ਜਿਨ੍ਹਾਂ ਨੇ ਖਾਸ ਮੌਕੇ ਦੀ ਗੱਲਬਾਤ ਕੀਤੀ, ਕਿਹਾ ਕਿ 25 ਨਵੰਬਰ ਨੂੰ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨਿਸ਼ਾਨਾ, ਇੱਕ ਇਹੋ ਜਿਹੇ ਟੌਪਿਕ 'ਤੇ ਬੇਸਡ ਹੈ ਜੋ ਨਸ਼ਿਆਂ ਦੇ ਉੱਪਰ ਹੈ, ਨਸ਼ੇ ਨੇ ਬਹੁਤ ਘਰ ਉਜਾੜਦੇ, ਬਹੁਤ ਜਿਹੜਾ ਯੂਥ ਹੈ ਖਰਾਬ ਕਰਦਾ, ਤੁਸੀਂ ਵੀ ਦੇਖੋ 25 ਨਵੰਬਰ ਨੂੰ ਨਿਸ਼ਾਨਾ। ਕੈਮਰਾਮੈਨ ਪ੍ਰਵੀਨ ਦੇ ਨਾਲ ਸਕਾਈ ਨਿਊਜ਼ ਪੰਜਾਬ ਲਈ ਮੋਹਾਲੀ ਤੋਂ ਬਿਨੂ ਸ਼ਰਮਾ।